Hello friends, today I'm going to discuss our new cue card, that is describe your favorite food at traditional festival or a special event in your country. ਕੋਈ ਆਪਣਾ ਫੇਵਰੇਟ ਫੂਡ ਬਾਰੇ ਡਿਸਕ੍ਰਾਈਬ ਕਰੋ ਟ੍ਰੈਡੀਸ਼ਨਲ ਫੈਸਟੀਵਲ ਤੇ ਜਿਹੜਾ ਤੁਸੀਂ ਮੀਨਜ਼ ਉਹਨੂੰ ਤਿਆਰ ਕਰਦੇ ਹੋ ਮੀਨਜ਼ ਬਣਾਉਂਦੇ ਹੋ ਤੁਸੀਂ ਜਾਂ ਕੋਈ ਸਪੈਸ਼ਲ ਇਵੈਂਟ ਤੇ ਉਸ ਬਾਰੇ ਡਿਸਕਸ ਕਰਨਾ। ਸੋ ਲੈਟਸ ਗੈਟ ਸਟਾਰਟਡ। ਸੋ ਇਸ ਦੇ ਕਿਊਜ਼ ਹੈਗੇ ਆ, ਵਟ ਇਟ ਇਜ਼, ਇਹ ਕੀ ਹੈ, ਐਟ ਵਿਚ ਫੈਸਟੀਵਲ ਔਰ ਈਵੈਂਟ ਯੂ ਈਟ ਇਟ, ਕਿਹੜੇ ਫੈਸਟੀਵਲ ਜਾਂ ਈਵੈਂਟ ਤੁਸੀਂ ਇਸ ਨੂੰ ਖਾਂਦੇ ਹੋ, ਹਾਓ ਇਟ ਇਜ਼ ਮੇਡ, ਕਿਵੇਂ ਇਹਦੀ ਰੈਸਪੀ ਕੀ ਹੈ, ਕਿਵੇਂ ਪ੍ਰਪੇਅਰ ਕਰਦੇ ਹੋ ਤੁਸੀਂ, ਵਾਈ ਯੂ ਲਾਈਕ ਇਟ ਐਂਡ ਤੁਸੀਂ ਇਹਨੂੰ ਕਿਉਂ ਲਾਈਕ ਕਰਦੇ ਹੋ। ਬੀਂਗ ਆ ਫੂਡੀ, ਆਈ ਲਵ ਟੂ ਟਰਾਈ ਡਿਫਰੈਂਟ ਕਾਇੰਡ ਆਫ ਫੂਡਸ। ਬੀਂਗ ਆ ਫੂਡੀ ਮੀਨਸ ਫੂਡੀ, ਆਮ ਹੈ ਫੂਡੀ ਮੀਨਸ ਹੁੰਦਾ ਜਿਹਨੂੰ ਡਿਫਰੈਂਟ ਕਾਇੰਡ ਆਫ ਡਿਸ਼ਿਜ਼ ਖਾਣਾ ਪਸੰਦ ਹੈ, ਜੋ ਕਿ ਬਹੁਤ ਖਾਂਦਾ ਮੀਨਸ। ਇਨ ਪੰਜਾਬ ਮੈਨੀ ਟ੍ਰੈਡੀਸ਼ਨਲ ਫੂਡਸ ਆਰ ਮੇਡ ਔਨ ਫੈਸਟੀਵਲਸ ਐਂਡ ਸਪੈਸ਼ਲ ਈਵੈਂਟਸ। ਬਹੁਤ ਸਾਰੇ ਟ੍ਰੈਡੀਸ਼ਨਲ ਫੂਡਸ ਆ ਜਿਹੜੇ ਤਿਆਰ ਕੀਤੇ ਜਾਂਦੇ ਆ, ਪ੍ਰਪੇਅਰ ਕੀਤੇ ਜਾਂਦੇ ਆ ਫੈਸਟੀਵਲਸ ਦੇ ਐਂਡ ਸਪੈਸ਼ਲ ਈਵੈਂਟਸ ਦੇ। ਟੁਡੇ ਆਈ ਐਮ ਗੋਇੰਗ ਟੂ ਟਾਕ ਅਬਾਊਟ ਕੇਸਰੀ ਚਾਵਲ। ਅੱਜ ਮੈਂ ਕੇਸਰੀ ਚਾਵਲ ਬਾਰੇ ਗੱਲ ਕਰਨ ਜਾ ਰਿਹਾ। ਇਟ ਇਜ਼ ਮੇਡ ਔਨ ਦਾ ਡੇ ਆਫ ਬਸੰਤ ਪੰਚਮੀ, ਜੋ ਕਿ ਬਸੰਤ ਪੰਚਮੀ ਦੇ ਦਿਨ ਹੈਗਾ ਜਿਹੜਾ ਬਣਾਇਆ ਜਾਂਦਾ। ਸੋ ਜਿਹੜੇ ਫੈਸਟੀਵਲ ਦੇ ਥੋੜ੍ਹੇ ਸਪੈਲਿੰਗ ਦੀ ਮਿਸਟੇਕ ਹੋ ਗਈ, ਟਾਈਪ ਕਰਨ ਵੇਲੇ ਸੋ ਇਹ ਸਹੀ ਕਰ ਲਓ, ਮੇਡ ਔਨ ਫੈਸਟੀਵਲਸ, FESTIVALS। ਬਸੰਤ ਪੰਚਮੀ ਇਸ ਦਾ ਫਸਟ ਡੇ ਆਫ ਸਪਰਿੰਗ ਸੀਜ਼ਨ। ਜਿਹੜਾ ਬਸੰਤ ਪੰਚਮੀ ਹੈ ਉਹ ਜਿਹੜਾ ਤਿਉਹਾਰ ਹੈ ਉਹ ਸਪਰਿੰਗ ਸੀਜ਼ਨ ਦੇ ਫਸਟ ਡੇ ਮਨਾਇਆ ਜਾਂਦਾ। ਆਲਦੋ ਡਿਫਰੈਂਟ ਕਾਇੰਡ ਆਫ ਫੂਡਸ ਆਰ ਪ੍ਰਪੇਅਰਡ ਔਨ ਦਿਸ ਡੇ, ਭਾਵੇਂ ਕਿ ਬਹੁਤ ਸਾਰੇ ਜਿਹੜੇ ਫੂਡ ਆ ਉਹ ਪ੍ਰਪੇਅਰ ਕੀਤੇ ਜਾਂਦੇ ਇਸ ਦਿਨ, ਜਿਵੇਂ ਕਿ ਖਿਚੜੀ, ਮਿਕਸਡ ਵੈਜੀਟੇਬਲ ਐਂਡ ਫਰਿਟਰਸ, ਬਟ ਮਾਈ ਫੇਵਰੇਟ ਫੂਡ ਇਜ਼ ਕੇਸਰੀ ਚਾਵਲ। ਬਟ ਜਿਹੜਾ ਮੇਰਾ ਫੇਵਰੇਟ ਫੂਡ ਆ ਉਹ ਕੇਸਰੀ ਚਾਵਲ ਹੈ। ਵੈਲ ਇਟ ਇਜ਼ ਬਿਲੀਵ ਦੈਟ ਜੈਲੋ ਕਲਰ ਇਜ਼ ਦਾ ਕਲਰ ਆਫ ਗੁੱਡ ਐਨਰਜੀ ਐਂਡ ਇਟ ਸਿਗਨੀਫਾਈਜ਼ ਪ੍ਰੋਸਪੈਰਿਟੀ। ਵੈਲ ਇਹ ਮੰਨਿਆ ਜਾਂਦਾ ਕਿ ਜਿਹੜਾ ਜੈਲੋ ਕਲਰ ਆ ਉਹ ਐਨਰਜੀ ਦਾ ਪ੍ਰਤੀਕ ਹੈ, ਮੀਨਸ ਐਨਰਜੀ ਮਿਲਦੀ ਹੈ ਜੈਲੋ ਕਲਰ ਨੂੰ ਆਪਾਂ ਜਦੋਂ ਆਪਾਂ ਦੇਖਦੇ ਹਾਂ, ਐਂਡ ਇਹ ਪ੍ਰੋਸਪੈਰਿਟੀ ਦੇ ਨੂੰ ਸਿਗਨੀਫਾਈ ਕਰਦਾ। ਇਟ ਇਜ਼ ਵੈਰੀ ਈਜ਼ੀ ਟੂ ਕੁੱਕ, ਇਹ ਬਹੁਤ ਈਜ਼ੀ ਹੈ ਪ੍ਰਪੇਅਰ ਕਰਨਾ, ਕੁੱਕ ਕਰਨਾ। ਐਟ ਫਸਟ ਰਾਈਸ ਇਜ਼ ਸੋਕਡ ਐਂਡ ਡਰੇਨ, ਸਭ ਤੋਂ ਪਹਿਲਾਂ ਜਿਹੜੇ ਰਾਈਸ ਆ ਉਹ ਸੋਕ ਕੀਤੇ ਜਾਂਦੇ, ਸੋਕ ਮੀਨਸ ਉਹਨੂੰ ਥੋੜ੍ਹਾ ਜਿਹਾ ਭਿਉਂ ਕੇ ਰੱਖਿਆ ਜਾਂਦਾ, ਐਂਡ ਡਰੇਨ ਮੀਨਸ ਉਹਨੂੰ ਪੁਣਿਆ ਜਾਂਦਾ। ਇਨ ਅਨਦਰ ਵੈਸਲ ਸੈਫਰੋਨ ਇਜ਼ ਮਿਕਸਡ ਵਿਦ ਮਿਲਕ ਐਂਡ ਕੈਪਟ ਅਸਾਈਡ। ਹੋਰ ਜਿਹੜਾ ਆਪਣਾ ਬਰਤਨ ਹੁੰਦਾ, ਭਾਂਡਾ ਕਹਿ ਦਿੰਦੇ ਜਿਹਨੂੰ ਆਪਾਂ, ਉਹਦੇ 'ਚ ਸੈਫਰੋਨ ਮਿਕਸ ਕੀਤਾ ਹੁੰਦਾ, ਮਿਕਸ ਕੀਤਾ ਹੁੰਦਾ, ਇਹਦੇ ਵਿੱਚ ਮਿਲਕ ਐਂਡ ਮਿਕਸ ਮਿਲਕ ਦੇ ਵਿੱਚ ਮਿਕਸ ਕਰਕੇ ਉਹਨੂੰ ਸਾਈਡ 'ਤੇ ਰੱਖ ਦਿੱਤਾ ਜਾਂਦਾ। ਦੈਨ ਗੀ ਇਜ਼ ਹੀਟਡ ਐਂਡ ਸਮ ਸਪਾਈਸਿਸ ਲਾਈਕ ਕਲੋਵ, ਸਿਨਾਮਨ ਐਂਡ ਰਾਈਸ ਆਰ ਸੈਚੂਏਟਡ। ਇਸ ਤੋਂ ਬਾਅਦ ਜਿਹੜਾ ਕੀ ਆ ਉਹ ਹੀਟ ਕੀਤਾ ਜਾਂਦਾ, ਐਂਡ ਕੁਛ ਜਿਹੜੇ ਸਪਾਈਸਿਸ ਹੈ ਜਿਵੇਂ ਕਿ ਕਲੋਵਸ ਹੋ ਗਿਆ, ਉਹਨਾਂ ਨੂੰ ਉਹਦੇ ਵਿੱਚ ਫਰਾਈ ਕੀਤਾ ਜਾਂਦਾ। ਆਫਟਰ ਦੈਟ ਸੈਫਰੋਨ ਮਿਕਸਚਰ ਐਂਡ ਸੂਗਰ ਆਰ ਐਡਡ ਐਂਡ ਰਾਈਸ ਇਜ਼ ਪ੍ਰੈਸ਼ਰ ਕੁੱਕਡ। ਉਸ ਤੋਂ ਬਾਅਦ ਸੈਫਰੋਨ ਮਿਕਸਚਰ ਐਂਡ ਸੂਗਰ ਉਹਨੂੰ ਐਡ ਕੀਤਾ ਜਾਂਦਾ ਅਤੇ ਰਾਈਸ ਨੂੰ ਪ੍ਰੈਸ਼ਰ ਕੁੱਕਡ ਦੇ ਨਾਲ ਤਿਆਰ ਕੀਤਾ ਜਾਂਦਾ। ਆਈ ਰੀਅਲੀ ਲਾਈਕ ਇਟ ਬਿਕੋਜ਼ ਆਫ ਇਟਸ ਟੇਸਟ ਐਂਡ ਆਲਸੋ ਇਟ ਇਜ਼ ਪ੍ਰਪੇਅਰਡ ਵੈਰੀ ਈਜ਼ੀ। ਮੈਂ ਇਹਨੂੰ ਪਸੰਦ ਕਰਦੀ ਹਾਂ ਕਿਉਂਕਿ ਇਹ ਬਹੁਤ ਟੇਸਟੀ ਹੁੰਦੇ ਹੈ ਐਂਡ ਇਹਨੂੰ ਜਿਹੜਾ ਪ੍ਰਪੇਅਰ ਕਰਨਾ ਵੀ ਬਹੁਤ ਈਜ਼ੀ ਹੈ। ਇਨ ਐਡੀਸ਼ਨ ਟੂ ਦਿਸ ਇਟਸ ਈਜ਼ੀ ਟੂ ਡਾਈਜੈਸਟ, ਹਾਈ ਆਇਰਨ ਕੰਟੈਂਟ ਐਂਡ ਇਟ ਇਜ਼ ਐਨ ਅਸੈਂਸ਼ਲ ਚੋਇਸ ਫੋਰ ਆ ਨਿਊਟ੍ਰੀਸ਼ੀਅਸ ਐਂਡ ਬੈਲੈਂਸਡ ਮੀਲ। ਇਸ ਤੋਂ ਇਲਾਵਾ ਇਹ ਈਜ਼ੀ ਡਾਈਜੈਸਟ ਹੋ ਜਾਂਦਾ, ਹਾਈ ਆਇਰਨ ਕੰਟੈਂਟ ਹੁੰਦਾ ਇਹਦੇ ਵਿੱਚ, ਐਂਡ ਇਹ ਬਹੁਤ ਵਧੀਆ ਚੋਇਸ ਹੈ ਨਿਊਟ੍ਰੀਸ਼ੀਅਸ ਅਤੇ ਬੈਲੈਂਸਡ ਮੀਲ ਲਈ, ਵਿਚ ਮੈਂਟੇਨਸ ਬਲੱਡ ਸ਼ੂਗਰ ਲੈਵਲ, ਜੋ ਕਿ ਮੈਂਟੇਨ ਕਰਦਾ ਆਪਣਾ ਬਲੱਡ ਸ਼ੂਗਰ ਲੈਵਲ। ਸੋ ਇਟ ਇਜ਼ ਮਾਈ ਫੇਵਰੇਟ ਟ੍ਰੈਡੀਸ਼ਨਲ ਫੂਡ, ਸੋ ਇਹ ਮੇਰਾ ਜਿਹੜਾ ਫੇਵਰੇਟ ਟ੍ਰੈਡੀਸ਼ਨਲ ਫੂਡ ਹੈ। ਸੋ ਇੱਕ ਯੂਨੀਕ ਆਈਡੀਆ, ਆਈ ਹੋਪ ਤੁਹਾਨੂੰ ਇਹ ਪਸੰਦ ਆਊ ਆਈਡੀਆ। ਸੋ ਪਲੀਜ਼ ਇਹਨੂੰ ਸ਼ੇਅਰ ਕਰੋ ਐਂਡ ਚੈਨਲ 'ਤੇ ਨਵੇਂ ਹੋ ਤਾਂ ਇਹਨੂੰ ਸਬਸਕ੍ਰਾਈਬ ਕਰੋ। ਸੋ ਥੈਂਕਸ ਫੋਰ ਵਾਚਿੰਗ ਮਾਈ ਵੀਡੀਓ।